ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਹ ਵੀਰ ਜਿਹਦੇ ਪੈਰਾਂ ਦੇ ਵਿੱਚ ਸੰਗਲ ਤੁਸੀਂ ਦੇਖਦੇ ਆ ਜੀ, ਬੇੜੀਆਂ ਦੇ ਰੂਪ 'ਚ, ਇਹ ਵੀਰ ਦਾ ਨਾਂ ਜੀ ਰਜਿੰਦਰ ਸਿੰਘ ਬੰਟੀ ਮਾਨ ਆ ਜੀ। ਅਤੇ ਇਹ ਵੀਰ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਜੀ। ਅਤੇ ਇਹ ਵੀਰ ਨੂੰ 6 ਕਿੱਲੇ ਜ਼ਮੀਨ ਵੀ ਆਉਂਦੀ ਹੈ ਅਤੇ ਇਕੱਲਾ ਪੁੱਤ ਆ ਜੀ ਮਾਪਿਆਂ ਦਾ। ਪਰ ਹਾਲਾਤਾਂ ਨੇ ਇਹਨੂੰ ਇਸ ਜਗ੍ਹਾ 'ਤੇ ਖੜ੍ਹਾ ਕਰਤਾ ਲਿਆ ਕੇ ਇਹਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣਾ ਪੈ ਰਿਹਾ ਪਰਿਵਾਰ ਨੂੰ। ਅਤੇ ਪਰਿਵਾਰ ਕਹਿ ਰਿਹਾ ਜੀ ਵੀ ਇਹਦੀ ਦਿਮਾਗੀ ਹਾਲਤ ਠੀਕ ਨਹੀਂ ਹੈਗੀ। ਪਰ ਘੱਟ ਅਵੇਅਰਨੈਸ ਕਰਕੇ ਅਸੀਂ ਤਾਂ ਇਹੀ ਕਹਾਂਗੇ ਪਰਿਵਾਰ ਦੀ, ਵੀ ਪਰਿਵਾਰ ਦੀ ਦਿਮਾਗੀ ਹਾਲਤ ਠੀਕ ਨਹੀਂ ਹੈਗੀ, ਕਿਉਂਕਿ ਉਹਨਾਂ ਨੇ ਇਹਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਪਿਛਲੇ ਕਰੀਬ 2 ਸਾਲਾਂ ਤੋਂ ਜੀ। ਅਤੇ ਉਹ ਦੱਸਦੇ ਆ ਵੀ ਅਸੀਂ ਕਾਫੀ ਬਾਬਿਆਂ ਕੋਲ ਵੀ ਲੈ ਕੇ ਗਏ ਹਾਂ, ਸਭ ਕੁਛ ਕੀਤਾ, ਪਰ ਇਲਾਜ ਵੀ ਕਰਵਾਇਆ ਜਿਹਦਾ ਕਿ ਰਿਕਾਰਡ ਵੀ ਹੈ ਸਾਡੇ ਕੋਲ, ਅਤੇ ਪਰ ਉਹ ਠੀਕ ਨਹੀਂ ਹੋਇਆ। ਤਾਂ ਉਹ ਕਹਿੰਦੇ ਸਾਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣਾ ਪਿਆ ਉਸ ਤੋਂ ਬਾਅਦ। ਅਤੇ ਆਹ ਵੀਰ ਜਿਹੜਾ ਮੋਟਰਸਾਈਕਲ 'ਤੇ ਤੁਸੀਂ ਸਾਡੇ ਮੂਹਰੇ ਜਾਂਦਾ ਦੇਖਦੇ ਹੋ ਗੱਡੀ ਦੇ, ਇਸ ਵੀਰ ਦੀ ਬਦੌਲਤ ਅੱਜ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ, ਇਸ ਬੰਟੀ ਵੀਰ ਦੀ ਮਦਦ ਕਰਨ ਦਾ, ਬੰਟੀ ਮਾਨ ਵੀਰ ਦੀ। ਅਤੇ ਇਹ ਵੀਰ ਦਾ ਨਾਮ ਮੰਗਾ ਵਾ ਜੀ, ਅਤੇ ਮੰਗਾ ਮਾਨ। ਇਹ ਵੀਰ ਦਾ ਪਿੰਡ ਸ਼ੇਰਗੜ੍ਹ ਆ ਜੀ, ਅਤੇ ਇਹਦੇ ਪਿੰਡ ਦੇ ਵਿੱਚ ਹੀ ਇਹਦੀ ਭੂਆ ਦਾ ਪੁੱਤ ਹੀ ਆ ਜੀ। ਇਹ ਵੀਰ ਦੱਸਦੇ ਇਹਦੇ ਪਿੰਡ ਦੇ ਵਿੱਚ ਹੀ ਇਹ ਵੀਰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ, ਅਤੇ ਇਹਨੇ ਸਾਨੂੰ ਦੱਸਿਆ ਅੱਜ ਅਸੀਂ ਇਹਦੇ ਪਿੰਡ ਪਹੁੰਚੇ ਹਾਂ ਵੀਰ ਦੇ। ਅਤੇ ਤੁਸੀਂ ਦੇਖੋ ਕਿੱਦਾਂ ਇਸ ਵੀਰ ਨੂੰ ਪਿਛਲੇ 2 ਸਾਲਾਂ ਤੋਂ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ, ਜਿਹੜਾ ਕਿ 9 ਕਲਾਸਾਂ ਪਾਸ ਵੀਰ ਅੱਜ ਇਸ ਹਾਲਾਤਾਂ 'ਚ ਪਹੁੰਚ ਗਿਆ ਵੀ ਉਹਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣਾ ਪੈ ਰਿਹਾ ਜੀ ਪਰਿਵਾਰ ਨੂੰ। ਅਤੇ ਇਸ ਪਰਿਵਾਰ ਦੇ ਦੁੱਖ ਦੀ ਦਾਸਤਾਨ ਤੁਹਾਡੇ ਸਾਹਮਣੇ ਲੈ ਕੇ ਆਏ ਜੀ। ਇਹ ਸਾਡੇ ਪੰਜਾਬ ਦੀ ਅੱਜ ਕੱਲ੍ਹ ਦੀ ਕਹਾਣੀ ਹੈ ਜੀ, ਤੁਸੀਂ ਜ਼ਰੂਰ ਦੇਖੋ ਜੀ। ਹਾਂਜੀ ਹਾਂਜੀ ਵੀਰੇ, ਮੰਗੀ ਵੀਰੇ ਪਈਆਂ ਤੁਹਾਡੇ ਮਗਰ। ਮੈਂ ਤਾਂ ਖਾਈ ਠੰਡ ਕਰਾਂ ਚਾਹ, ਫਿਰ ਕੱਪ ਕੱਪ ਪੀ ਲੈਂਦੇ। ਉਹ ਬੈਠਾ ਜੀ ਜਰਾ ਬੰਨਿਆ ਬੰਨਿਆ ਹੋਇਆ ਹੈ। ਇਹ ਘਰ ਚਾਚੀ ਚਾਚੀ ਦਾ ਘਰ ਕਿੱਥੇ ਆ? ਫਿਰ ਆਹ ਪਾਸੇ ਅੱਛਾ, ਆਹ ਬੈਠੇ ਇੱਧਰਲੇ ਪਾਸੇ ਆ, ਗੱਡੀ ਖੜ੍ਹੀ ਇਹਨਾਂ ਦੇ ਪਾਸੇ, ਖੜ੍ਹਾ ਗੱਡੀ ਖੜ੍ਹੀ ਆ, ਅਤੇ ਟਰੈਕਟਰ ਖੜ੍ਹਾ। ਇਹ ਚਾਚੇ ਦਾ ਘਰ ਆ ਜੀ, ਅਤੇ ਇਹ ਬੰਟੀ ਦਾ ਘਰ ਆ ਜੀ, ਅਤੇ ਇਹ ਬੰਟੀ ਆ ਵੀਰ ਜੀ। ਵਾਹਿਗੁਰੂ ਸੱਚਿਆ ਪਾਤਸ਼ਾਹ। ਉਹ ਬਾ ਬੰਟੀ, ਕੀ ਹਾਲ ਨੇ ਤੇਰੇ? ਸਿੰਗਲ ਕਿਉਂ ਲਾਤਾ ਤੇਰੇ ਬੰਟੀ? ਤੇਰਾ ਨਾਂ ਬੰਟੀ ਆ ਵੀਰੇ? ਬੰਟੀ ਆ ਤੇਰਾ ਨਾਂ? ਹੱਥ ਮਿਲਾ ਲਾ, ਹੱਥ ਮਿਲਾ ਲਾ ਵੀਰਾ, ਨੀ ਮੇਰਾ ਭਰਾ ਨੀ ਮੇਰਾ, ਤੂੰ ਹੱਥ ਤਾਂ ਮਿਲਾ ਲਾ। ਹੈਂ ਉਹ ਬੰਟੀ ਇਹ ਆ ਜੀ, ਬੰਟੀ ਵੀਰ ਸਾਡੀ ਜੀਵਨ ਦੇ ਮੈਂਬਰ ਆ। ਹਾਂਜੀ ਤੁਸੀਂ ਕੌਣ ਜੀ? ਚਾਚਾ ਜੀ ਬੰਟੀ ਦੇ? ਉਹ ਬਾ ਉਹ ਬਾਈ ਤੇਰੇ, ਕੀ ਗੱਲ ਬਾਈ? ਇਹਨੂੰ ਬੰਨਿਆ ਕਾਹਤੋਂ ਆਇਆ ਤੁਸੀਂ? ਇਹ ਬਾਈ ਜੀ ਪਹਿਲਾਂ ਤਾਂ ਇਹਨੂੰ ਹੋ ਕੇ 9ਵੀਂ ਤੱਕ ਪੜ੍ਹਦਾ ਰਿਹਾ ਜੀ, 18 ਸਾਲ ਤੋਂ ਬਾਅਦ ਸਕੂਲੋਂ ਇਹ ਬਾਹਰ ਬੂਹਰ ਜਾਣ ਲੱਗ ਗਏ, ਮੁੜ ਕੇ ਜ਼ਿਆਦਾ ਘੋੜਾ ਭਰੂਣ ਲੱਗ ਗਿਆ ਸੀ, ਡਾਕਟਰ ਕੋਲ ਲੈ ਗਏ ਬੈਣੀਵਾਲ ਅਬੋਹਰ। ਅੱਛਾ ਜੀ। ਉਦੋਂ ਦਵਾਈ ਖਾਧੀ 2-2.5 ਸਾਲ, ਠੀਕ ਹੈ ਜੀ, ਕੋਈ ਫਰਕ ਨਹੀਂ ਪਿਆ। ਉਸ ਤੋਂ ਬਾਅਦ ਜੀ ਸਰਸੇ ਲੈ ਗਏ ਜੀ ਪ੍ਰੇਮੀਆਂ ਲੈ ਹਸਪਤਾਲ 'ਚ, ਉਹ ਖਾਧੀ 3-4 ਮਹੀਨੇ, ਕੋਈ ਫਰਕ ਨਹੀਂ ਪਿਆ, ਠੀਕ ਹੈ ਜੀ। ਫਿਰ ਇੱਕ ਭਾਰਦਵਾਜ ਆ ਜੀ ਉੱਥੇ, ਉਹਦੇ ਕੋਲ ਵੀ ਬਹੁਤ ਗੇੜੇ ਲਾਏ ਸੀ, ਉਹਨੇ ਤਾਂ ਪੈਸੇ ਬਹੁਤ ਲਾਏ ਲਏ ਸਾਥ, ਉਹ ਇੱਕ ਬਸ ਆਈ ਕਾਰਡ ਦਿੰਦਾ ਆਪਦਾ, ਪਰਚੀ ਵੀ ਨਾਲ ਦਿੰਦਾ, ਗੋਲੀਆਂ ਇੰਨੀਆਂ ਫੜਾ ਦਿੰਦਾ ਸੀ, ਉੱਤੇ ਕੁਛ ਨਹੀਂ ਲਿਖਿਆ ਹੁੰਦਾ, ਠੀਕ ਹੈ ਜੀ। ਉਹ ਗੋਲੀਆਂ ਸਮਾਂ ਲੱਗਿਆ ਵੀ ਜਾ ਦਿਓ ਗਏ, ਠੀਕ ਹੈ ਜੀ। ਮੁੜ ਕੇ ਅਸੀਂ ਉਹਨੂੰ ਰੱਖਿਆ ਜੀ ਫਰੀਦਕੋਟ 20-25 ਦਾ, ਠੀਕ ਹੈ ਜੀ, ਮੈਡੀਕਲ 'ਚ। ਉਹ ਡਾਕਟਰਾਂ ਦੇ ਵੀ ਜਮਾਂ ਸੈੱਟ ਨਹੀਂ ਹੁੰਦਾ, ਠੀਕ ਹੈ ਜੀ। ਅਤੇ ਚਲ ਅਸੀਂ ਫਿਰ ਲਈ ਫਿਰੇ 7-8 ਮਹੀਨੇ, ਉੱਥੋਂ ਵੀ ਦਵਾਈ ਖਾਧੀ। ਉਦੋਂ ਬਾਅਦ ਜੀ ਭੈਣ ਕੇ ਲੈ ਗਏ ਡੱਬ ਵਾਲੀ, ਠੀਕ ਹੈ ਜੀ, ਆਪਣੇ ਜੈਣੀ ਦੇ ਜੀ, ਠੀਕ ਹੈ ਜੀ। ਉੱਥੋਂ ਵੀ ਦਵਾਈ ਖਾਧੀ, ਕੋਈ ਸੈੱਟ ਨਹੀਂ ਆਇਆ ਜੀ। ਫਿਰ ਕੋਈ ਸਾਨੂੰ ਆ ਕੇ ਬਾਬੇ ਦੀ ਕੋਈ ਕੁਛ, ਇਹਨੂੰ ਅਸੀਂ ਡੇਰਾ ਸਾਹਿਬ ਵੀ ਨਿਵਾ ਲਿਆ ਜੀ ਹਿਮਾਚਲ 'ਚ। ਅਤੇ ਇੱਕ ਆਪਣੇ ਅਰਮਾਣੇ ਸੰਤ ਸੁਖਵੀਰ ਦਾਸ ਜੀ, ਯਾਨੀ ਕਿ ਜੀ ਹੁਣ ਤੁਸੀਂ ਕੋਈ ਦਵਾਈ ਦੇ ਰਹੇ ਹੋ ਜੀ ਇਹਨਾਂ ਨੂੰ? ਦਵਾਈ ਹੋਰ ਵਾਲੀ ਹੈ ਜੀ, ਲੈਂਦਾ ਨਹੀਂ ਜੀ ਪਰ ਇਹ। ਕਿੰਨਾ ਟਾਈਮ ਤੋਂ? ਹੁਣ ਤਾਂ ਇਹਨੂੰ ਹੋ ਗਏ 2-3 ਮਹੀਨੇ ਜੀ। ਅਤੇ ਕੋਈ ਰਿਕਾਰਡ ਹੈਗਾ ਤੁਹਾਡੇ ਕੋਲ ਰਿਕਾਰਡ? ਹਾਂਜੀ ਦਿਖਾਓ ਰਿਕਾਰਡ ਬਾਈ, ਜਾਂ ਤੁਸੀਂ ਇਹਦਾ ਸੰਗਲ ਲਾ ਲਿਆ ਬਾਈ, ਕੁੱਤਾ ਥੋੜ੍ਹੀ ਯਾਰ, ਆਹ ਤੁਹਾਡਾ ਬੇਟਾ ਹੈ ਕੇਵਲ ਸਿੰਘ?
ਜਮਲ ਸਿੰਘ ਜੀ ਕਿੰਨੇ ਬੱਚੇ ਤੁਹਾਡੇ? ਇੱਕ ਹੈ ਜੀ। ਬੇਟਾ ਹੀ ਹੈ ਬਸ? ਕੀ ਨਾਂ ਤੇਰਾ? ਛੋਟੇ ਬੇਟਾ ਨੇ ਪਾਲਿਆ ਵੀ ਮੈਂ ਸੀਗਾ ਸਰ। ਫਿਰ ਉਹੀ ਗੱਲ ਆ, ਤੇਰਾ ਤਾਂ ਬਾਪ ਆਇਆ, ਤੂੰ ਚਾਚਾ ਤਾਂ ਬਾਪ ਦੇ ਵਾਂਗੂ ਹੀ ਹੁੰਦਾ। ਤੇਰਾ ਨਾਂ ਕੀ ਹੈ? ਗੁਰਨੂਰ। ਤੇਰਾ ਭਰਾ ਬੰਨਿਆ ਹੋਇਆ, ਤੈਨੂੰ ਵਧੀਆ ਲੱਗਦਾ? ਤੂੰ ਆਪਦੇ ਸਕੂਲੇ ਨਾਲ ਦੇ ਨੂੰ ਦੱਸਦਾ ਹੈਗਾ ਜਾ ਕੇ ਮੇਰਾ ਭਰਾ ਬੰਨਿਆ ਹੋਇਆ ਵਾ, ਉਹ ਜੋ ਮਾਰਦਾ ਮਾਰਦਾ ਤੇਰੇ ਜਿਹੜੇ ਮਾਰਿਆ ਕਰੇ ਤੇਰੇ ਹੱਥ ਮਿਲਾ ਕੇ ਦੇਖੀ ਮਾਰਦਾ ਤੇਰੇ ਦੇਖੀ ਹੱਥ ਤੋਂ ਮਾਰਦਾ ਨਹੀਂ ਹੁਣ ਤਾਂ ਅਸੀਂ ਤੇਰੇ ਕੋਲ ਖੜੇ ਹਾਂ ਮਿਲਾ ਕੇ ਆ ਬਣਾਈ ਵੀਰ ਬੰਟੀ ਵੀਰੇ ਹੱਥ ਮਿਲਾਈ ਇਹਦੇ ਨਾਲ ਤੂੰ ਮਾਰੇਗਾ ਰੇ ਬੰਟੀ ਤੇਰਾ ਭਰਾ ਵਾ ਨਾ ਇਹ ਬੰਟੀ ਕੌਣ ਆ ਇਹ ਕੌਣ ਆ ਇਹ ਕੌਣ ਆ ਇਹ ਹੈ ਬੰਟੀ ਕੌਣ ਆ ਇਹ ਉਹ ਬੰਟੀ ਵੀਰ ਕੌਣ ਆ ਵੀਰੇ ਇਹ ਕੋਈ ਨਹੀਂ ਹੈ ਕੌਣ ਆ ਇਹ ਭਰਾ ਵਾ ਤੇਰਾ ਇਹ ਬੰਟੀ ਤੈਨੂੰ ਕੁੱਟਦੇ ਵੀ ਹੈ ਕੋਈ ਠੰਡ ਨੀ ਲੱਗਦੀ ਤੈਨੂੰ ਅੱਜ ਆ ਤੇਰੇ ਬਟਨ ਵੀ ਟੁੱਟੇ ਪਏ ਬੰਟੀ ਠੰਡ ਨੀ ਲੱਗਦੀ ਹੁਣ ਤਾਂ ਹੈ ਨੀ ਸ਼ਰਟ ਤਾਂ ਕੋਈ ਦੋ ਤਿੰਨ ਮਹੀਨੇ ਹੋ ਗਏ ਅੱਗੇ ਮੰਨ ਲਾ ਅਸੀਂ ਦੋ ਤਿੰਨ ਬੰਦੇ ਇੱਥੇ ਆ ਜਾਂਦੇ ਬੰਟੀ ਤੇ ਉਹ ਉੱਥੇ ਨਹਾ ਲੈਂਦਾ ਸੀ ਬਹਿ ਕੇ ਹਾਂਜੀ ਤੇ ਹੁਣ ਨਹੀਂ ਨਹਾਉਂਦਾ ਕਿੰਨਾ ਪੜਿਆ ਵੀਰੇ ਕਿੰਨੀ ਉਮਰ ਆ ਤੇਰੀ ਉਮਰ ਕਿੰਨੀ ਆ ਪੜ੍ਹਨਾ ਚਾਹੁੰਦਾ ਮੈਂ ਤੇਰਾ ਭਰਾ ਵਾ ਭਰਾ ਦੇ ਨਾਤੇ ਆਇਆ ਤੇਰੇ ਕੋਲ ਤੂੰ ਪੜ੍ਹਨਾ ਚਾਹੁੰਦਾ ਪੜ੍ਹਨਾ ਚਾਹੁੰਦਾ ਅੱਗੇ ਪੜ੍ਹ ਗਏ ਨੌਵੀਂ ਚ ਲੱਗਣਾ ਵੱਡੇ ਸਕੂਲ ਚ ਹੈ ਕਿੰਨੀ ਉਮਰ ਆ ਤੇਰੀ ਮੇਰੀ ਹੈਗੀ ਆ ਚੌਵੀ ਸਾਲ ਪੱਚੀ ਸਾਲ ਨਹੀਂ ਛੋਟੀ ਕਿੰਨੀ ਉਮਰ ਆ ਜੀ ਇਹਦੀ ਵੀਹ ਕੁ ਤਾਂ ਸਤਾਨਵੇਂ ਦਾ ਜਨਮ ਸਤਾਨਵੇਂ ਦਾ ਵੀਹ ਸਾਲ ਦਾ ਹੋ ਗਿਆ ਹੱਥ ਸਿਖਾ ਕੰਮ ਦੇ ਕੰਮ ਵੰਟੀ ਕੰਮ ਕਰੀ ਨੂੰ ਕੀ ਹੋ ਗਿਆ ਵੰਟੀ ਆ ਇਸ
ਬੇਬੇ ਸਤਿ ਸ੍ਰੀ ਅਕਾਲ, ਤੁਸੀਂ ਵੀ ਆ ਜਾਓ ਕੇ ਮਾੜੇ। ਸਤਿ ਸ੍ਰੀ ਅਕਾਲ ਬੇਬੇ, ਤੁਸੀਂ ਦਾਦੀ ਜਿਵੇਂ ਦੇ? ਓ ਬਾ ਬੇਬੇ, ਮਾੜੀ ਕਿਸਮਤ ਤੁਹਾਡੀ ਵੀ, ਜਿਹੜਾ ਪੋਤੇ ਨੂੰ ਬੰਨਿਆ ਹੋਏ ਨੂੰ ਦੇਖਦੇ ਆ ਤੁਸੀਂ, ਕਿਉਂਕਿ ਇਹ ਸਭ ਤੋਂ ਵੱਡੀ ਦੁੱਖ ਦੀ ਗੱਲ ਹੁੰਦੀ ਹੈ ਵੀ ਜਦੋਂ ਆਪਦਾ ਧੀ ਪੁੱਤ ਜਦੋਂ ਬੰਨਿਆ ਹੋਵੇ ਨਾ, ਤੇ ਇਸ ਤੋਂ ਵੱਡਾ ਦੁੱਖ ਨਹੀਂ ਹੁੰਦਾ ਕੋਈ। ਰਾਤ ਨੂੰ ਫੱਟਾ ਹੁੰਦੇ ਆ ਕਦੇ ਕਿਵੇਂ ਕਦੇ, ਮੈਨੂੰ ਜਦੋਂ ਦੀਦਾ ਨਹੀਂ ਫਿਰ ਮੁੰਡਾ ਵਿਚਾਰਾ ਹੁੰਦਾ ਨਾਲ ਮੇਰੇ। ਨਹੀਂ ਬੇਬੇ, ਇਹਦੀ ਮਾਤਾ ਕਿੱਥੇ ਚਲੇ ਗਈ ਮੁੰਡੇ ਦੀ? ਮਾਤਾ ਬਾਈ ਜਦੋਂ ਕਮਰੀ ਉਹ ਤਾਂ ਜਦੋਂ ਹੀ ਨਹੀਂ ਪਤਾ ਉਹਨੂੰ, ਤਾਂ ਉਹ ਤਾਂ 15-16 ਵਾਲੇ ਹੋ ਗਏ ਪੇਕੇ ਬੈਠੇ। ਤੇ ਫਿਰ ਉਹਨੂੰ ਕੌਣ ਸਾਂਭਦਾ? ਉਹਦੀ ਉਹਦੀ ਭਰਜਾਈ ਭਰਾ। ਅੱਛਾ, ਉਹ ਪੇਕੀ ਚਲੇ ਗਈ ਆਪਦੇ। ਫਿਰ ਮੈਂ ਆਖਿਆ ਬਾਈ ਮੈਂ ਠਤਾ ਦੀ ਸਾਂਭਦਾ। ਇਹਦੇ ਬੰਟੀ ਦੇ ਇਕੱਲਾ ਹੀ ਸੀਗੇ ਭਰਾ, ਕੋਈ ਹੋਰ ਨੀ ਭੈਣ ਭਰਾ ਸੀ? ਇਕੱਲਾ ਹੀ ਹੋਇਆ ਸੀ। ਇਹ ਠੀਕ ਸੀਗਾ ਬਚਪਨ ਤੋਂ? ਪਹਿਲਾਂ ਤਾਂ ਵਾਵਾ ਸੀ, ਹੁਣ ਪਤਾ ਨਹੀਂ ਕੀ ਹੋਇਆ। ਇਕਦਮ ਹੀ ਹੋਇਆ ਇਹ? ਹਾਂ, 3 ਸਾਲ ਹੋ ਗਏ ਬਾਈ ਇਹਨੂੰ ਤਾਂ ਹੋਏ। 3 ਸਾਲਾਂ ਤੋਂ ਪਹਿਲਾਂ ਜਮਾ ਠੀਕ ਸੀ? ਹੁੰਦਾ ਸੀ ਰਾਖੀ। ਨਹੀਂ, ਜਦੋਂ ਪਹਿਲਾਂ ਆ ਜਿਵੇਂ ਇਹਦਾ ਤੁਹਾਡਾ ਦੂਜਾ ਪੋਤਾ ਫਿਰਦਾ ਮੁੰਡਾ, ਕੀ ਨਾਂ ਸੀ ਇਹਦਾ? ਹਾਂ, ਕੀ ਨਾਂ ਸੀ ਇਹਦਾ? ਗਰਨੂਰ। ਗਰਨੂਰ ਤੇ ਗਰਨੂਰ ਵਾਂਗੂ ਸੀ, ਨੋਰਮਲ ਸੀ ਇਹ? ਹਾਂ, ਉਹ ਤਾਂ ਠੀਕ ਸੀ। ਹੁਣ ਬਾਈ ਸਾਰੇ ਆ ਜਾਂਦੇ, ਮਾਂ ਤੇ ਗਿਆ ਉਹਦੇ ਖੂਨ ਤੇ ਬੱਚਾ ਮਿਲਿਆ। ਪੱਤਰ ਪੁੱਤਰ ਤਾਂ ਪੱਟ ਪੈਣੇ, ਸਾਰੀ ਲੈਣ ਪੱਟ ਪਾ ਦੇਣਾ, ਉਖੜ ਗਿਆ ਬੰਟੀ ਪੁੱਤ, ਚੱਲਣਾ ਸਾਡੇ ਨਾਲ ਇਲਾਜ ਕਰਾਵਾਂਗੇ ਆਪਾਂ, ਨਾਲ ਸਕੂਲੇ ਲੱਗਾਂਗੇ ਪੜ੍ਹਨ ਲੁਧਿਆਣੇ। ਲੁਧਿਆਣੇ ਸ਼ਹਿਰ ਕੁੰਜੀ ਲੱਗ ਜਿੰਦਾ ਖੋਲਦੇ? ਨਹੀਂ ਨਹੀਂ, ਖੋਲਦੇ ਖੋਲਦੇ ਫਿਰ ਖੋਲਦੇ ਬਗਾਈ ਗੱਲ ਚੱਲੇਗਾ ਸਾਡੇ ਨਾਲ, ਚੱਲੇਗਾ ਸਾਡੇ ਨਾਲ, ਸਿੰਗਲ ਤਾਂ ਖਲਾਉਣਾ ਹੈ ਤੇਰਾ ਅਸੀਂ, ਸਿੰਗਲ ਤਾਂ ਤੇਰਾ ਖੋਲ ਜਾਣਾ ਅੱਜ ਤੋਂ ਬਾਅਦ, ਤੇਰੇ ਨਾਲ ਇਹ ਵਾਅਦਾ ਕਰਦਾ ਮੈਂ, ਸਾਡੀ ਸੰਸਥਾ ਸਾਡੀ ਟੀਮ ਦੇ ਮੈਂਬਰ ਖੜੇ ਸਾਰੇ, ਅੱਜ ਤੋਂ ਬਾਅਦ ਸਿੰਗਲ ਨਹੀਂ ਬੰਨਿਆ ਜਾਊਗਾ ਤੇਰੀ ਜ਼ਿੰਦਗੀ 'ਚ ਕਦੇ। ਠੀਕ ਆ, ਚਾਹੁੰਦਾ ਤੂੰ ਠੀਕ ਹੋਣਾ?
ਠੀਕ ਹੋਣਾ? ਹਾਂ ਠੀਕ ਹੋਣੇ, ਨਹੀਂ ਕੋਈ ਨੀ ਠੀਕ ਹੋਣਾ ਚਾਹੁੰਦਾ ਚਾਹੁੰਦਾ ਡੈਡੀ ਕਿੱਥੇ? ਉਹ ਤੇ ਚੜਦਾ ਜੀ ਇਹਨੂੰ, ਆ ਹੀ ਜਾਂਦਾ ਫੋਨ ਕਰਿਆ ਮੈਂ। ਤੇ ਇਹ ਬੰਦੇ ਨੂੰ ਪਛਾਣਦਾ ਵੀਰ ਨੂੰ? ਇਸ ਨੂੰ ਇਹ ਵੀਰ ਨੂੰ ਪਛਾਣਦਾ? ਜਾਣਦਾ ਕੌਣ ਹੈ ਇਹ? ਕੌਣ ਹੈ ਇਹ? ਨਾਂ ਦੱਸ ਦੇ ਉਹਦਾ, ਨਾਂ ਦੱਸ ਉਹਦਾ, ਉਹਦਾ ਨਾਂ ਦੱਸ ਉਹ ਤੇਰਾ ਸਾਹਮਣੇ ਖੜਾ ਆ ਪਰਸੋਂ ਦੱਸ ਗਿਆ ਤੇਰੇ ਕੋਲ ਆ ਕੇ, ਨਾਂ ਦੱਸ ਦੱਸ ਦੇ ਨਾਂ। ਸਾਰੀ ਸਾਰੀ ਰਾਤ ਐਂਡ ਪਾ ਹੁੰਦਾ ਜੀ ਕਈ ਵਾਰੀ। ਮਾਂ ਸੁੱਖੜਿਆ ਪਿਆ ਵਿਚਾਰੇ ਦਾ, ਪੱਕਿਆ ਪਿਆ ਗਿੱਟਾ ਪੂਰਾ। ਮਾੜਾ ਮੋਟਾ ਸੌ ਜਾਂਦਾ ਜੀ ਉਦੋਂ ਉੱਤੇ ਦਿਨੇ, ਰਜਾਈ ਮੰਜੇ ਤੇ ਨਹੀਂ ਰੱਖਦਾ, ਮੰਜੇ ਤੇ ਰੱਖ ਦੇਣਾ ਚਲਾ ਕੇ ਮਾਰ ਜਿੰਦਾ ਵੀ ਬਹੁਤ ਪੁਰਾਣਾ ਲੱਗਿਆ ਹੋਇਆ ਨਾ ਇਹ ਜੀ, ਪਾਣੀ ਪੂਣੀ ਨਾਲ ਹੋ ਗਿਆ ਜੀ, ਰਾਈ ਨਮਾਉਣੇ ਹੁਣ ਤਾਂ ਦੋ ਤਿੰਨ ਮਹੀਨਿਆਂ ਦਾ। ਸਿੰਗਲ ਹੋਰ ਕਿੱਥੇ ਲੈ ਜਾਂਦੇ? ਨਾ ਜੀ ਇੱਥੇ ਹੀ, ਨਾ ਜੀ ਕਿੰਨੇ ਉੱਧਰ ਬੰਨ ਕੇ ਪਹਿਲਾਂ ਨਾ ਆ ਜਾਂਦਾ ਸੀ ਜੀ ਉੱਥੇ, ਹੁਣ ਤਾਂ ਇੱਥੇ ਨਮਾਉਣੇ ਆ ਫਰਸ਼ ਤੇ। ਪਹਿਲਾਂ ਉੱਥੇ ਆਪੇ ਜਾ ਵੜਦਾ ਸੀਗਾ ਪਾਣੀ ਪੂਣੀ ਡੋਲ ਦਿੰਦਾ, ਚੱਲ ਹੋਰ ਪਾ ਦਿੰਦੇ ਸਨ, ਕੋਈ ਦੋ ਬੰਦੇ ਹੋਰ ਆ ਜਾਂਦੇ ਸੀ ਨਹਾ ਨੂੰ ਲੈਂਦਾ ਸੀ, ਪਿੰਡਾਂ ਪੁੰਡਾਂ ਪਹੁੰਚਣਾ ਮੈਂ ਆਹੀ ਡੇੜੇ ਪਾਉਣੇ ਬਰਾ ਬਰੂ ਕੇ ਜਿਹੜੇ ਲਾਹੁੰਦਾ ਸੀ ਇਹੀ ਪਾਉਣੇ ਆਉਂਦਾ ਸੀ ਉਹ ਆਪ ਦਿੰਦੇ ਸੀ। ਆ ਘਰ ਕਿਹਦਾ? ਚਾਚੇ ਦਾ ਕੀ ਨਾਮ? ਕੇਵਲ ਸਿੰਘ। ਉਹਦਾ ਨਾਂ ਕੀ ਆ? ਗੁਰਨੂਰ। ਗੁਰਨੂਰ ਸਾਰਿਆਂ ਨੂੰ ਜਾਣਦਾ ਤੂੰ ਤਾਂ, ਲੈ ਵੀ ਗੁਰਨੂਰ ਚਾਹ ਪਿਲਾ ਦੇ ਯਾਰ, ਕਹਿ ਕੇ ਗੁਰਨੂਰ ਨੂੰ ਕਹਿ ਕੇ ਪਿਲਾ ਦੇ। ਹੈ ਚਾਹ ਕੌਣ ਬਣਾਊਗੀ? ਦਾਦੀ ਬਣਾਊਗੀ? ਉਹ ਦਾਦੀ ਜੀ ਤੇਰੇ, ਉਹ ਦਾਦੀ ਆ। ਉਹ ਮਾਤਾ ਜੀ ਕੌਣ ਨੇ? ਹੈਂ ਮਾਤਾ ਜੀ ਆਜੋ ਆਜੋ। ਇਹ ਕੌਣ ਹੈ? ਹੈਂ ਕੌਣ ਹੈ ਬੰਟੀ? ਕੌਣ ਹੈ? ਕੋਈ ਹੋਈ ਇਹਦਾ ਪੂਰਾ ਨਾਂ ਕੀ ਹੈ? ਇਹਦਾ ਪੂਰਾ ਨਾਂ ਕੀ ਹੈ ਜੀ? ਪੂਰਾ ਨਾਮ ਰਜਿੰਦਰ ਸਿੰਘ। ਰਜਿੰਦਰ ਸਿੰਘ ਬੰਟੀ? ਉਹ ਬੰਟੀ ਆਨੇ ਦੇ ਭੂਆ ਦੇ ਨਾਂ ਨੇ ਸੁਣਾ ਕਰੇ ਉਹਨੂੰ ਬੰਟੀ ਤਾਂ ਉਹਦੇ ਆਪਦੇ ਜਵਾਕ ਹੈ ਨਹੀਂ ਸੀ ਭਾਈ, ਅਸੀਂ ਫਿਰ ਬੰਟੀ ਆਖਣ ਲੱਗ ਗਏ। ਬਾ ਬੰਟੀ ਨਾ ਤੈਨੂੰ ਬਹੁਤ ਟਾਈਮ ਹੋ ਗਿਆ ਨਾ ਬੰਟੀ, ਮੈਂ ਚਲਾ ਲਿਆ ਮੋਟਰਸਾਈਕਲ ਤੇ। ਕਿੱਥੇ ਗਿਆ ਮੋਟਰਸਾਈਕਲ ਲੈ ਕੇ ਗਿਆ ਉਹ? ਮੈਂ ਟੀਮ ਵਿੱਚ ਕੀਤੀ ਹੈ ਬੰਟੀ। ਇੱਕ ਵਜੇ ਥੋੜਾ ਪਾਣੀ ਗਰਮ ਕਰਾ ਦੋ, ਨਮਾ ਦਈਏ ਆਪਾਂ ਨੂੰ ਕਰਾ ਲੈਣੇ, ਕਰਾਓ ਪਾਣੀ ਗਰਮ, ਚਾਹ ਪੀਉਂਗੀ ਫਿਰ ਬਣਾ ਲਈਏ ਥੋੜੀ ਥੋੜੀ। ਹਾਂ ਬਣਾ ਲਓ ਬਣਾ ਲਓ, ਆ ਇੱਥੇ ਪਾਣੀ ਗਰਮ ਕਰੋ ਲਾ ਕੇ ਥੱਲੇ ਕਰ ਦਿੰਦੇ ਕਰ ਦਿੰਦੇ ਕੋਈ ਨਹੀਂ ਮੈਂ ਕਰ ਦੂੰਗਾ। ਹਾਂ ਕੋਈ ਨਾ ਬੇ ਕੋਈ ਗੱਲ ਨਹੀਂ, ਰੋਟੀ ਫਿਰ ਬੇਬੇ ਦੀ ਕੌਣ ਤੂੰ ਬਣਾ ਕੇ ਦਿੰਦੀ ਹੈ? 5 ਵਜੇ 4 ਵਜੇ ਲਾ ਕੇ ਰੱਖ ਦਿੰਦੀ ਰਾਣੀ। ਅੱਛਾ ਸ਼ਾਮ ਨੂੰ ਲਾ ਦਿੰਦੇ ਆ? ਮੈਂ 10 ਵਜੇ ਹੀ ਆ ਜਾਂਦੀ। ਅੱਛਾ ਦੋਨੇ ਪਿਓ ਪੁੱਤਾਂ ਦੀ ਰੋਟੀ ਤੁਸੀਂ ਲਾ ਦਿੰਦੇ? ਹਾਂ ਬਾਜੀ। ਚਲੋ ਵਾਹਿਗੁਰੂ ਕਿਰਪਾ ਕਰੇ ਬੇਬੇ, ਤੂੰ ਮਹਾਰਾਜ ਨੇ ਤੇਰੀ ਤੈਨੂੰ ਕਾਇਮ ਰੱਖਿਆ ਹੋਇਆ, ਰੋਟੀ ਲਾਹ ਜੋਗੀ ਰੱਖਿਆ ਹੋਇਆ। ਵਾਹਿਗੁਰੂ ਕਿਰਪਾ ਕਰਨਗੇ ਬੇਬੇ, ਇਹ ਠੀਕ ਹੋ, ਇੱਥੇ ਸਿਹਰਾ ਬੰਨਣ ਜਾਊ ਇਹਦੇ, ਤੂੰ ਪਾਣੀ ਵਾਰਨੇ ਕਰਾਉਣੇ ਆ। ਵਾਹਿਗੁਰੂ ਕਿਰਪਾ ਕਰੇ ਇਹ ਸਾਲ ਦੇ ਵਿੱਚ ਵਿੱਚ ਜਮਾਂ ਠੀਕ ਹੋ ਜੂ। ਮੈਂ ਕਿਹਾ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀ ਗੱਡੀ ਨੂੰ ਲੈ ਕੇ ਜਾਣਾ ਹੈ ਬੇਬੇ। ਡੱਬੀ ਲੈ ਗਈ? ਓ ਬੇਬੇ ਗੱਲ ਸੁਣ ਬੇਬੇ, ਉਹ ਲੱਗ ਗਈ ਅੱਗ, ਲੱਗ ਗਈ ਅੱਗ, ਬਸ ਠੀਕ ਕਰ ਗਈ। ਤੁਸੀਂ ਚਾਹੁੰਦੇ ਹੋ ਵੀ ਇਹ ਠੀਕ ਹੋ ਜਾਵੇ? ਮੈਂ ਅਸੀਂ ਤਾਂ ਵੀਰਾ ਬਾਹਰ ਜਾਉਂਦੇ ਆ, ਅਸੀਂ ਇਹਨੂੰ ਲੈ ਕੇ ਜਾਵਾਂਗੇ, ਇਲਾਜ ਕਰਾਵਾਂਗੇ ਇਹਦਾ ਆਪਦੇ ਕੋਲੇ ਰੱਖ ਕੇ। ਅਸੀਂ ਤਾਂ ਨਹੀਂ ਵੀ ਇਹਦਾ ਜੇ ਵਿਚਾਰੇ ਦਾ ਕੋਈ ਘਰ ਵੱਜ ਜੇ। ਤੁਸੀਂ ਚਾਹੁੰਦੇ ਅਸੀਂ ਇਹਨੂੰ ਲੈ ਜੀ ਇਲਾਜ? ਜਲ ਗਿਆ ਸੀ ਇਸੇ ਦਾ ਵੱਜ ਜੀ। ਤੁਸੀਂ ਚਾਹੁੰਦੇ ਇਹਦਾ ਇਲਾਜ ਹੋਵੇ, ਇਹਨੂੰ ਲੈ ਜੀ? ਉਹ ਨਹੀਂ ਭਾਈ ਇੱਥੇ ਤਾਂ ਫੇਰਾ ਕੋਈ ਆ ਜਾਣੀ, ਕੋਈ ਤੇਲ ਲੈਣੀ ਛੱਡਣਾ। ਬਹੁਤ ਦੂਰੋਂ ਬੇਬੇ ਸੀ, ਬੜਾ ਔਖਾ ਰਾਹ ਲੱਭ ਲੱਭ ਕੇ ਪਹੁੰਚੇ। ਉਹ ਮਾਹੂ ਜੀ ਦੇ ਸਾਹਮਣੇ ਆ ਗਿਆ, ਕੁੜੀਆਂ ਆਖਣ ਸੀ ਸੰਗਲ ਕਲਾ ਹੈ ਉੱਥੇ 7 ਵਜੇ ਬੱਸ ਤੇ ਚੜਿਆ, ਮੇਰਾ ਪੁੱਤ 10 ਵਜੇ ਇੱਥੇ ਪਿਆ, ਬਹੁਤ ਔਖੇ ਪਤਾ ਸੀ। ਪਾਣੀ ਹੈਗਾ ਪਤੀਲੇ ਚ? ਹੋਰ ਪਾ ਦੇਣਾ ਕੋਈ ਨਹੀਂ, ਪਾ ਦੋ ਬਾਤ ਨਹੀਂ।
ਪਾਰੇ ਜਿਹੜਾ ਹੋਰ ਪਾਰੇ ਪਾਣੀ ਵੀਰੇ ਆਹਦੇ ਭੁਗਣਾ ਪਿਆ ਪੱਤਰੇ ਮੂਹਰੇ ਆਹਦੇ ਮੈਂ ਤਾਂ ਬੜਾ ਔਖੀ ਉਹਦੀ ਮਾਂ ਦਾ ਫਰਾਈ ਨਹੀਂ ਖਿੱਦੀ ਇਹਦਾ ਕੋਈ ਲੱਤ ਵਾ ਤੋਂ ਅੱਬੂ ਇਹ ਪਾਇਆ ਹੀ ਮੈਂ ਅੱਛਾ ਜੀ ਪਲੇਰੀਆਂ ਪਿੰਡ ਆ ਮੇਰਾ ਆ ਪਲੇਰੀਆਂ ਸਰਕਾਰੀ ਸਰਕਾਰੀ ਸੈਕੰਡਰੀ ਸਕੂਲ ਸਰਕਾਰੀ ਸੈਕੰਡਰੀ ਸਕੂਲ ਪੜਦਾ ਸੀ ਪਲੇਰੀਆਂ ਠੀਕ ਮਾਸਟਰ ਦਾ ਕੀ ਨਾਮ ਸੀ ਤੇਰੇ ਦਾ ਹੈ ਮਾਸਟਰ ਜਿਹੜਾ ਪੜਾਉਂਦਾ ਸੀ ਚੇਤੇ ਕਿਹਦਾ ਨਾਮ ਹਾਂ ਚੇਤੇ ਆ ਚੇਤੇ ਕੀ ਹੈ ਨਾ ਹੈ ਕੀ ਨਾਮ ਕਵਰਜੀਤ ਹੈ ਕਵਰਜੀਤ ਹੈ ਹਾਂ ਬਾਤ ਹੋਰ ਇਹਦੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਮੁਕਤਸਰ ਸ਼ਹਿਰ ਤੋਂ 30-40 ਕਿਲੋਮੀਟਰ ਦੂਰ ਆ 40 ਕਿਲੋਮੀਟਰ ਤਕਰੀਬ ਅਤੇ ਇਹ ਪਿੰਡ ਹੈਗਾ ਜੀ ਸ਼ੇਰਗੜ੍ਹ ਅਤੇ ਉੱਥੇ ਖੜ੍ਹੇ ਹਾਂ ਜੀ ਅਸੀਂ ਸ਼ੇਰਗੜ੍ਹ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਮੁਕਤਸਰ ਸਾਹਿਬ ਪੈਂਦਾ ਜੀ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੈਂਦਾ ਜੀ ਸਾਡੇ ਗੁਰੂਆਂ ਦੀ ਧਰਤੀ ਸੰਗਲ ਲੱਗਿਆ ਹੋਇਆ ਜੀ ਗਿੱਟੇ ਨੂੰ ਅਤੇ ਦੋ ਜਿੰਦਿਆਂ ਦੇ ਵਿੱਚ ਰੱਖਿਆ ਹੋਇਆ ਵੀਰ ਨੂੰ 20 ਸਾਲ ਦੀ ਉਮਰ ਆ ਤਾਂ ਦੇਖੋ ਜਾਣੀ ਕਿ ਜਿਹੜਾ ਥਮਲਾ ਵਾ ਜੀ ਇਹਨਾਂ ਬੰਨਿਆ ਹੋਇਆ ਉਹ ਵੀ ਤਕਰੀਬਨ ਘੁੰਮ ਘੁੰਮ ਕੇ ਇਹਨੇ ਵੱਢਤਾ ਵੀਰ ਦੱਸਦੇ ਆ ਵੀ ਆ ਪੱਥਰ ਵੀ ਇਹਨੇ ਪੱਟ ਪੱਟ ਕੇ ਥੱਲਿਓਂ ਜਾਣੀ ਕਿ ਜਿਹੜਾ ਘਰੇ ਲਗਾਇਆ ਹੋਇਆ ਸੀ ਉਹ ਵੀ ਸਿੱਟਦਾ ਦੂਰ ਦੂਰ ਮਾਰਦਾ ਦੱਸਦੇ ਆ ਵੀ ਇਹਨਾਂ ਦੇ ਮਾਰਦਾ ਵੀ ਸੀਗਾ ਚੁੱਕ ਚੁੱਕ ਕੇ ਵੀਰ ਅਤੇ ਇਹ ਚਾਚਾ ਜੀ ਆ ਜੀ ਇਹਨਾਂ ਦੇ ਵੀਰ ਦੇ ਮੰਗਾ ਜੀ ਮੰਗਾ ਸਿੰਘ ਵੀਰ ਅਤੇ ਇਹ ਮਹਿਮਾ ਸਿੰਘ ਕੇਵਲ ਸਿੰਘ ਸੋਰੀ ਅਤੇ ਇਹ ਮਹਿਮਾ ਸਿੰਘ ਆ ਵੀਰ ਦੇ ਫਾਦਰ ਸਾਹਿਬ ਆ ਜੀ ਅਤੇ ਉਹ ਵੀਰ ਦਾ ਨਾਮ ਮੰਗਾ ਵਾ ਜੀ ਉਹ ਇਹਨਾਂ ਦੇ ਭੂਆ ਜੀ ਦਾ ਲੜਕਾ ਅਤੇ ਇਹ ਮਾਤਾ ਜੀ ਖੜੇ ਨੇ ਦਾਦੀ ਜੀ ਆ ਜੀ ਇਹਨਾਂ ਦੇ ਮਾਤਾ ਜੀ ਤੁਹਾਡਾ ਕੀ ਨਾਂ ਜੀ ਹੈਂਜੀ ਇਕਬਾਲ ਕੌਰ ਅਤੇ ਇਹ ਜਾਣੀ ਕਿ ਇਹ ਵੀ ਅੱਜ ਤੁਹਾਡੇ ਸਾਹਮਣੇ ਇੱਕ ਅਸੀਂ ਇੱਕ ਹੋਰ ਪੰਜਾਬ ਦਾ ਸੱਚ ਲੈ ਕੇ ਆਏ ਹਾਂ ਇਹ ਗੱਲ ਇੱਦਾਂ ਵਾ ਜੀ ਇਸ ਪਰਿਵਾਰ ਦੇ ਵਿੱਚ ਵੀ ਜੇ ਦੇਖੀ ਜਾਵੇ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਦੀ ਬਹੁਤ ਗਲਤੀ ਆ ਅਤੇ ਕਮੀ ਆ ਅਤੇ ਪਰ ਸਮਾਜ ਦਾ ਸਾਡੇ ਦੀ ਸੋਚ ਆ ਜਿਹੜੀ ਦੇਖੋ ਪਿੰਡਾਂ ਦੇ ਵਿੱਚ ਅੱਗੇ ਕੀ ਹੁੰਦਾ ਸੀ ਵੀ ਇੱਕ ਦੂਜੇ ਦੀ ਬਾਂਹ ਫੜਦਾ ਸੀ ਬੰਦਾ ਇਲਾਜ ਜਾਂ ਇੱਦਾਂ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਦੀ ਲੋੜ ਨਹੀਂ ਪੈਂਦੀ ਸੀ ਬੰਦਾ ਪਿੰਡ ਦੇ ਵਿੱਚ ਹੀ ਰਹੀ ਜਾਂਦਾ ਸੀ ਭਾਈਚਾਰੇ ਦੇ ਵਿੱਚ ਜੇ ਕਿਸੇ ਦਾ ਭੈਣ ਭਰਾ ਕੋਈ ਇੱਦਾਂ ਦਾ ਮੈਂਟਲੀ ਠੀਕ ਨਹੀਂ ਹੁੰਦਾ ਸੀ ਤਾਂ ਉਹ ਸਾਰੇ ਪਿੰਡ ਦਾ ਸਾਂਝਾ ਹੁੰਦਾ ਸੀ ਵੀਰ ਉਹ ਆਂਟੀ ਵੀਰ ਸੰਗਲਾਂ ਨਾਲ ਬੰਨਿਆ ਹੋਇਆ ਪਿਛਲੇ ਤਕਰੀਬਨ 1.5-2 ਸਾਲ ਤੋਂ ਅਤੇ ਸਾਨੂੰ ਜਦੋਂ ਪਤਾ ਲੱਗਿਆ ਵੀ ਇਸ ਹਾਲਾਤ ਦੇ ਵਿੱਚ ਇੱਕ ਨੌਜਵਾਨ 20 ਸਾਲ ਦੀ ਉਮਰ ਹੈ ਵੀਰ ਦੱਸਦੇ ਆ ਵੀ 9 ਕਲਾਸਾਂ ਪੜ੍ਹਿਆ ਹੋਇਆ ਹੈ 9ਵੀਂ ਦੇ ਵਿੱਚੋਂ ਜਾ ਕੇ ਇਹਦੀ ਮੈਂਟਲੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਗਈ ਬਹੁਤ ਜ਼ਿਆਦਾ ਖਰਾਬ ਹੋਣ ਲੱਗ ਗਈ ਤਾਂ ਵੱਧਦੀ ਅੱਜ ਇਸ ਲੈਵਲ 'ਤੇ ਕਹਿੰਦੇ ਚਲੇ ਗਈ ਵੀ ਮਾਰਨ ਲੱਗ ਗਿਆ ਸੀ ਸਾਨੂੰ ਤਾਂ ਸੰਗਲਾਂ ਨਾਲ ਬੰਨ੍ਹਣਾ ਪਿਆ ਇਹਨਾਂ ਨੂੰ ਇਹਨਾਂ ਦਾ ਵੀਰਾਂ ਦਾ ਖੇਤੀਬਾੜੀ ਕਰਨ ਵਾਲੇ ਵੀਰ ਆ ਜ਼ਿਮੀਂਦਾਰ ਭਰਾ ਵਾ ਜੀ ਇਹ ਅਤੇ ਜਿੰਨੀ ਕੁ ਇਹਨਾਂ ਦੀ ਕੋਸ਼ਿਸ਼ ਸੀਗੀ ਆ ਫਾਇਲ ਅਸੀਂ ਇਹਨਾਂ ਤੋਂ ਲਈ ਆ ਅਤੇ ਇਲਾਜ ਇਹ ਜਿੰਨਾ ਕੁ ਕਰਵਾ ਸਕਦੇ ਸੀਗੇ ਇੱਕ ਦੱਸਦੇ ਆ ਵੀਰ ਇਹਨਾਂ ਨੇ ਕਰਵਾਇਆ ਜੀ 2015 ਤੋਂ ਲੈ ਕੇ 2016 ਤੱਕਰ ਇਹਨਾਂ ਦਾ ਇਲਾਜ ਆ 16 ਤੱਕ ਦੀਆਂ ਫਾਈਲਾਂ ਹੈਗੀਆਂ ਇਹਨਾਂ ਕੋਲ ਜਿਹੜੀਆਂ ਸੋਰੀ ਸਲਿਪਸ ਵਗੈਰਾ ਤਾਂ ਜਿੰਨਾ ਕੁ ਇਲਾਜ ਕਰਵਾ ਸਕਦੇ ਸੀ ਵੀਰ ਦੱਸਦੇ ਜਿੱਥੇ ਵੀ ਇਹਨਾਂ ਨੂੰ ਕਿਸੇ ਨੇ ਕਿਹਾ ਉੱਥੇ ਤੱਕ ਜਾਂਦੇ ਰਹੇ ਮੈਡੀਸਨ ਵਗੈਰਾ ਵੀ ਦਵਾਉਂਦੇ ਰਹੇ ਅਤੇ ਪਰ ਅੱਜ ਹਾਲਾਤ ਇੱਦਾਂ ਦੇ ਹੋ ਗਏ ਸੀਗੇ ਵੀਰ ਨੂੰ ਪਿਛਲੇ 1.5 ਸਾਲ ਤੋਂ ਇਹਨਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣਾ ਪਿਆ ਅਤੇ ਇੱਕ ਇਹ ਜਿਵੇਂ ਇਹ ਕੁਦਰਤੀ ਮਾਰ ਆ ਜੀ ਵਾਹਿਗੁਰੂ ਦੀ ਮਾਰ ਆ ਜੀ ਕੋਈ ਸਮੇਂ ਨਾ ਜਾਂ ਕਿਸੇ ਕਹਿ ਦਈਏ ਵੀ ਆਪ ਸਹੇੜੀ ਹੋਈ ਪ੍ਰੋਬਲਮ ਨਹੀਂ ਹੈਗੀ ਇਹ ਦੱਸਦੇ ਆ ਮਾਤਾ ਜੀ ਇਹਨਾਂ ਦੇ ਬੰਟੀ ਦੇ ਮਾਤਾ ਜੀ ਵੀ ਇੱਦਾਂ ਹੀ ਸੀਗੇ ਮੰਮੀ ਐਵੇਂ ਉਹ ਤਾਂ ਜਮਾ ਹੀ ਨਹੀਂ ਬੋਲਦੀ ਬਾਈ ਉਹ ਰੌਲਾ ਨਹੀਂ ਪਾਉਂਦੀ ਉਹ ਤਾਂ ਜੇ ਤਾਂ ਰੋਟੀ ਫਰਾਤੀ ਖਾ ਲੂ ਨਹੀਂ ਮੰਗਣੀ ਨਹੀਂ ਕੋਈ ਚੀਜ਼ ਨਹੀਂ ਮੰਗਣੀ ਉਹਨੇ ਜਾਨੀ ਕਿ ਵੀ ਇਹ ਵਿਚਾਰ ਹੈ ਇੱਥੇ ਮੈਂ ਫਸਲ ਆਉਣ ਲੱਗ ਗਿਆ ਤਾਂ ਕਹਿੰਦਾ ਇਹ ਕੱਢ ਗਈ ਕੱਢ ਕੱਢ ਕੇ ਮੈਂ ਵਟਿਆ ਕਰ ਦਿੱਤਾ ਪਾ ਦੇ ਇਹ ਰੋ ਪਿਆ ਕਰੀ ਜਿੱਥੋਂ ਹੁੰਦਾ ਇਹ ਸਾਨੂੰ ਪਤਾ ਲੱਗਦਾ ਜਿੱਥੋਂ ਇਹ ਕਰ ਮੈਂ ਕਿ ਉਹਨੂੰ ਆਖੀ ਕਿਉਂ ਯਾਰ ਦਵਾਈ ਦਵਾ ਲਈ ਅਤੇ ਕੀ ਉਹਨੇ ਮਾਰੀ ਗਈ ਤਾਂ ਅਸੀਂ ਵੀ ਰੋਟੀ ਦਵਾਈ ਲਿਆਏ ਦਵਾ ਕੇ ਮੁਕਤਸਰ ਆਪਾਂ ਆਹਰੋਂ ਅਤੇ ਇਹਨੇ ਵੀ ਦਵਾਈ ਇੱਕ ਦੋ ਦਿਨ ਖਾਧੀ ਅਤੇ ਦਵਾਈ ਨੱਪਦੀ ਪਹਿਲੀ ਕਿਤੇ ਤੁਰਿਆ ਫਸਦਾ ਸੀ ਨੱਪਦੀ ਮੇਰੇ ਤੋਂ ਮਾਫ਼ ਕਰੀ ਮੈਂ ਨਹੀਂ ਖਾਂਦਾ ਚਲੋ ਮੈਂ ਦਵਾਈ ਸੀ ਮੁੜ ਕੇ ਫਿਰ ਵਹਿਣੀ ਵਾਲੀ ਦਵਾਈ ਚੱਲਤੀ ਰਾਤ ਦੇ ਉੱਤੋਂ ਠੀਕ ਹੈ ਜੀ ਉਹ 10 ਮਹੀਨੇ ਖਾਧੀ ਉਹਦੇ ਨਾਲ ਵੀ ਤੁਰਿਆ ਫਿਰਦਾ ਸੀ ਮਾਰਦਾ ਹੈ ਨਹੀਂ ਸੀ ਤੁਰਿਆ ਫਿਰਦਾ ਸੀ ਨਹਾਉਣ ਨਹਾਉਂਦੇ ਮਸਾਂ ਹੀ ਸੈਂ ਅਤੇ ਕੁਛ ਉਹਨਾਂ ਦਾ ਕੁਛ ਨਹੀਂ ਸੀਗਾ ਫਿਰ ਸੀ ਫਰਕ ਨਹੀਂ ਪੈਂਦਾ ਉਹਨੂੰ ਆਖਿਆ ਵਹਿਣੀ ਵਾਲ ਨੂੰ ਵਾ ਵੀ ਵੇਖ ਲਓ ਕਿਤੇ ਹੋਰ ਗਏ ਫਿਰ ਜੈਪੁਰ ਤੋਂ ਮੈਂ ਡਰੈਸ ਲਿਆਂਦਾ ਉੱਥੇ ਲੱਗਿਆ ਨਾ ਫਿਰ ਲੈ ਗਏ ਇੱਕ ਦਿਨ ਬਾਹਰ ਹੋਇਆ ਡਾਕਟਰ ਸਾਨੂੰ ਐਡਾ ਵਹਿਮ 'ਚ ਪਾਇਆ ਮੂਟ ਵਾਲੇ ਨੇ ਛੇਤੀ ਲੈ ਜਾਓ ਉਹਦਾ ਇਹ ਦੱਸਦੇ ਆ ਵੀਰ ਵੀ ਇਹਦੀ ਬੱਚੇ ਦੀ ਦਿਮਾਗੀ ਹਾਲਤ ਸੀ ਜਿਹੜੀ
ਉਹ ਕੁਛ ਕਾਰਨਾਂ ਕਰਕੇ ਖਰਾਬ ਹੋਣੀ ਸ਼ੁਰੂ ਹੋ ਗਈ ਤਾਂ ਇਹਨਾਂ ਦੇ ਪਰਿਵਾਰ ਦੇ ਵੱਲੋਂ ਆਊਟ ਆਫ ਕੰਟਰੋਲ ਹੋ ਗਿਆ ਤਾਂ ਇਹਨਾਂ ਨੇ ਇਹਨੂੰ ਸੰਗਲ ਨਾਲ ਬੰਨਤਾ ਜਿਹੜਾ ਕਿ ਬਿਲਕੁਲ ਹੀ ਜਾਇਜ਼ ਨਹੀਂ। ਦੇਖੋ ਇਹ ਗੱਲ ਵੀਰ ਬਿਲਕੁਲ ਹੀ ਜਾਇਜ਼ ਨਹੀਂ, ਇਹ ਨਜਾਇਜ਼ ਆ ਗੱਲ ਵੀ ਸੰਗਲਾਂ ਨਾਲ ਨਹੀਂ ਬੰਨ ਸਕਦਾ ਪਰਿਵਾਰ। ਤੇ ਆਹ ਦੇਖੋ ਬੰਟੀ ਦੀ ਉਸ ਟਾਈਮ ਦੀ ਫੋਟੋ ਆ ਜੀ, ਇਹ ਦੇਖੋ ਇਹ ਬੱਚੇ ਦਾ ਤੇ ਹੁਣ ਦਾ ਚਿਹਰਾ ਤੇ ਉਦੋਂ ਦਾ ਚਿਹਰਾ। ਇਹ ਨੌਜਵਾਨ 20 ਸਾਲ ਦੀ ਉਮਰ ਦਾ ਤੇ ਇਹ ਬਜ਼ੁਰਗ ਦੱਸਦੇ ਇਹਨਾਂ ਦਾ ਫਾਦਰ ਸਾਹਿਬ ਆ ਵੀ ਆਪਦੇ ਜਿਹੜੇ ਪੈਂਟਾਂ ਸ਼ਰਟਾਂ ਆਪ ਸਵਾ ਕੇ ਲੈ ਕੇ ਆਉਂਦਾ ਸੀ, ਯਾਨੀ ਕਿ ਇਹਦੀਆਂ ਵੀ ਅਰਮਾਨ ਸੀ। ਇਹ ਵੀ ਇੱਕ ਇੱਦਾਂ ਦੀ ਨੌਜਵਾਨਾਂ ਵਰਗੀ ਜ਼ਿੰਦਗੀ ਜਿਉਣੀ ਚਾਹੁੰਦਾ ਸੀ। ਇਹ ਵੀ ਅੱਜ ਕੱਲ੍ਹ ਦੇ ਸਮੇਂ 'ਚ ਫੇਸਬੁੱਕ, ਵਟਸਐਪ, ਸਨੈਪਚੈਟ ਜਾਂ ਇੰਸਟਾਗ੍ਰਾਮ ਚਲਾਉਣਾ ਚਾਹੁੰਦਾ ਸੀਗਾ, ਪਰ ਹਾਲਾਤਾਂ ਦੇ ਘਰ ਦੇ ਹਾਲਾਤਾਂ ਨੇ ਅਤੇ ਜਿਹੜਾ ਕਿ ਕਹਿ ਦਈਏ ਵੀ ਘੱਟ ਅਵੇਅਰਨੈਸ ਕਰਕੇ ਇਹਨੂੰ ਸੰਗਲਾਂ ਨਾਲ ਬੰਨ ਦਿੱਤਾ ਗਿਆ। ਯਾਨੀ ਕਿ ਇਹ ਹੈਗੀ ਹੈ ਜੀ ਆਪਣੇ ਪੰਜਾਬ ਦੀ ਤ੍ਰਾਸਦੀ ਜੀ। ਅੱਜ ਕੱਲ੍ਹ ਪੰਜਾਬ ਦਾ ਜਿਹੜਾ ਸਾਡੇ ਦਾ ਸਿਸਟਮ ਆ ਉਹ ਇੰਨਾ ਜ਼ਿਆਦਾ ਹੈਲਥ ਸਿਸਟਮ ਗਰਕ ਚੁੱਕਿਆ। ਮੁਕਤਸਰ, ਸ਼੍ਰੀ ਮੁਕਤਸਰ ਜ਼ਿਲ੍ਹੇ ਦੇ ਵਿੱਚ, ਮੁਕਤਸਰ ਸਾਹਿਬ ਦੇ ਵਿੱਚ ਇਹ ਵੀਰ ਪਿਛਲੇ 1.5 ਸਾਲ ਤੋਂ ਸੰਗਲਾਂ ਨਾਲ ਬੰਨ ਕੇ ਰੱਖਿਆ ਹੋਇਆ ਵਾ ਅਤੇ ਇਹਦੇ ਬਾਪ ਦੀਆਂ ਅੱਖਾਂ ਦੇ ਵਿੱਚ ਦੱਸਦੇ, ਹੰਝੂ ਦੱਸਦੇ ਆ ਵੀ ਉਹ ਵੀ ਬਹੁਤ ਦੁੱਖ ਦੇ ਵਿੱਚ ਨੇ ਕਿਉਂਕਿ ਕੋਈ ਵੀ ਬਾਪ ਨਹੀਂ ਚਾਹੁੰਦਾ ਵੀ ਉਹਦਾ ਪੁੱਤ ਸੰਗਲਾਂ ਨਾਲ ਬੰਨ ਕੇ ਰੱਖਿਆ ਜਾਵੇ। ਅਤੇ ਕੋਈ ਵੀ ਯਾਨੀ ਕਿ ਰਿਸ਼ਤੇਦਾਰ ਜਾਂ ਦਾਦੀ ਵਿਚਾਰੀ ਦੱਸਦੇ, ਦਾਦੀ ਜੀ, ਮਾਤਾ ਜੀ, ਮਾਤਾ ਜੀ ਤੋਂ ਯਾਨੀ ਕਿ ਖੜ੍ਹ ਵੀ ਨਹੀਂ ਹੋ ਰਿਹਾ, ਵਾਰ ਵਾਰ ਬੈਠ ਜਾਂਦੇ ਆ ਵਿਚਾਰੇ। ਅਤੇ ਇਹ ਮਾਤਾ ਇਕਬਾਲ ਕੌਰ ਜੀ ਹੈ ਜੀ, ਇਹੀ ਪ੍ਰਸ਼ਾਦਾ ਤਿਆਰ ਕਰਕੇ ਦਿੰਦੇ। ਮਾਤਾ ਜੀ ਦੱਸਦੇ ਮੈਨੂੰ ਦਿਖਾਈ ਘੱਟ ਦਿੰਦਾ ਵੀ 5 ਵਜੇ ਦੇ ਨੂੰ ਰੋਟੀ ਤਾਂ ਲਾ ਕੇ ਰੱਖ ਦਿੰਦੇ ਹਾਂ ਦੋਨਾਂ ਦੀ, ਅਤੇ ਉਹ ਚੌਂਕਾ ਚੁੱਲ੍ਹਾ ਜੀ ਪਿੱਛੇ, ਅਤੇ ਉਹਦੇ ਵਿੱਚ ਮਾਤਾ ਜੀ ਇਹਨਾਂ ਦੋਨਾਂ ਪਿਓ ਪੁੱਤਾਂ ਦਾ ਪ੍ਰਸ਼ਾਦਾ ਲਾ ਕੇ ਇੱਥੇ ਰੱਖ ਦਿੰਦੇ ਆ। ਅਤੇ ਇਹ ਚਾਚੇ ਦਾ ਘਰ ਆ ਜੀ, ਇਹ ਵੀਰ ਦਾ ਕੇਵਲ ਦਾ ਪਿਛਲੇ ਪਾਸੇ ਨਾਲ ਘਰ ਆ ਜੀ ਉਹਦਾ, ਅਤੇ ਯਾਨੀ ਕਿ ਨੇੜੇ ਨੇੜੇ ਖੇਤਾਂ ਦੇ ਵਿੱਚ ਘਰ ਆ ਬਿਲਕੁਲ ਚਾਰੇ ਪਾਸੇ। ਮੈਨੂੰ ਲੱਗਦਾ ਵੀ 10-15 ਕਿੱਲੇ ਇੱਧਰ, 10-15 ਕਿੱਲੇ 20 ਕਿੱਲੇ ਇੱਧਰ, ਕੋਈ ਘਰ ਨਹੀਂ ਹੈਗਾ, ਬਿਲਕੁਲ ਖੇਤਾਂ ਦੇ ਵਿੱਚ ਇਹ ਪਰਿਵਾਰ ਰਹਿੰਦਾ ਵਾ। ਬਾਪ ਦਾ ਹਿਰਦਾ ਜੀ ਅੱਜ ਦੇ ਇਹ ਦੇਖੋ ਜਿੰਨਾ ਦੁੱਖ ਪਿਓ ਨੂੰ ਹੁੰਦਾ ਵੀ ਪੁੱਤ ਬੰਨਿਆ ਹੋਵੇ ਸੰਗਲਾਂ ਚ, ਅੱਜ ਦੇ ਹਾਲਾਤ ਇਸ ਹਾਲਾਤਾਂ 'ਚ ਪਹੁੰਚ ਜਾਵੇ ਪੁੱਤ ਵੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿੱਥੇ ਲੋਕਾਂ ਦੇ ਹੋਰ ਬੱਚਿਆਂ ਨੂੰ ਇਹਦੇ ਹਰਾਣੀਆਂ ਪ੍ਰਮਾਣੀਆਂ ਨੂੰ ਦੇਖਦਾ, ਬਾਪ ਘੁੰਮਦੇ ਫਿਰਦੇ ਮੋਟਰਸਾਈਕਲਾਂ 'ਤੇ ਕੰਮ ਕਰਦੇ, ਤਾਂ ਬੜਾ ਦੁੱਖ ਲੱਗਦਾ ਇਹਨਾਂ ਨੂੰ ਵੀ। ਇਹਨੂੰ ਵੀ ਦੁੱਖ ਲੱਗਦਾ ਹੋਊ ਵੀ ਮੇਰਾ ਵੀ ਪੁੱਤ ਇੱਦਾਂ ਦੇ ਕੰਮ ਕਰੇ ਜਾਂ ਮੇਰਾ ਵੀ ਪੁੱਤ 6 ਕਿੱਲਿਆਂ ਦਾ ਮਾਲਕ ਆ, ਉਹ ਵੀ ਸਾਂਭੇ ਜ਼ਮੀਨ ਜਾਇਦਾਦ ਆਪਣੀ, ਘਰ ਸਾਂਭੇ। ਤੁਸੀਂ ਘਰ ਦੇਖੋ, ਯਾਨੀ ਕਿ ਕਹਿ ਦਈਏ ਵੀ ਜਦੋਂ ਘਰ ਦੇ ਵਿੱਚ ਕੋਈ ਰਹਿਣ ਵਾਲਾ ਚੰਗੀ ਤਰ੍ਹਾਂ ਨਾ ਹੋਵੇ ਨਾ, ਤਾਂ ਘਰ ਵੀ ਉਜਾੜ ਬਣ ਜਾਂਦਾ ਜੀ। ਕਮਰੇ ਦੇ ਵਿੱਚ ਦੇਖੋ ਜੀ, ਬੈੱਡ ਟੁੱਟੇ ਹੋਏ ਕਿੱਦਾਂ ਇਕੱਠੇ ਕਰਕੇ ਰੱਖੇ ਪਏ ਆ, ਯਾਨੀ ਕਿ 3 ਰੂਮ ਆ ਘਰ ਦੇ ਕਮਰੇ ਆ ਤੇ 3 ਦੇ ਵਿੱਚ ਹੀ ਆ ਦੇਖੋ ਖਾਲੀ। ਆ ਦੇਖੋ ਜੀ ਇੱਧਰ ਆਹ ਕਮਰਾ ਵਾ, ਇਹਦੇ ਵਿੱਚ ਵੀ ਕੁਛ ਨਹੀਂ, ਯਾਨੀ ਕਿ ਇੱਕ ਜਿਵੇਂ ਕਹਿ ਦਈਏ ਖੰਡਰ ਬਣਿਆ ਪਿਆ ਘਰ, ਕਿਉਂਕਿ ਜਿਹੜਾ ਘਰ ਨੂੰ ਸਾਂਭਣ ਵਾਲਾ ਜਾਂ ਘਰ ਨੂੰ ਚਲਾਉਣ ਵਾਲਾ ਪੁੱਤ ਆ ਉਹ ਵੀ ਸੰਗਲਾਂ ਨਾਲ ਬੰਨਿਆ ਹੋਇਆ ਵਾ, ਕਿਉਂਕਿ ਉਹਦੀ ਦਿਮਾਗੀ ਹਾਲਤ ਠੀਕ ਨਹੀਂ। ਤੇ ਸਾਡਾ ਜਿਹੜਾ ਸਿਸਟਮ ਆ ਪੰਜਾਬ ਦਾ ਜਾਂ ਇਲਾਜ ਦਾ ਜਾਂ ਅਵੇਅਰਨੈਸ ਦਾ ਜਾਂ ਕੋਈ ਇੱਦਾਂ ਦੇ ਦੀਆਂ ਕੋਈ ਅਵੇਅਰਨੈਸ ਵਾਸਤੇ ਕੋਈ ਸਰਕਾਰ ਵੱਲੋਂ ਕੁਛ ਵੀ ਹੈ ਨਹੀਂ, ਇੱਦਾਂ ਦੇ ਬੱਚਿਆਂ ਨੂੰ ਕਿੱਥੇ ਬੰਦਾ ਛੱਡ ਕੇ ਆਵੇ, ਕੀ ਕਰੇ ਤੇ ਇਹਨਾਂ ਦਾ ਕਿੱਥੇ ਇਲਾਜ ਕਰਵਾਉਣ ਇਹ। ਤੇ ਆਹ ਸੰਗਲਾਂ ਨਾਲ ਬੰਨਿਆ ਹੋਇਆ ਜੀ ਮਾਂ ਦਾ ਪੁੱਤ ਆਪਦੀ ਦਾ, ਤੇ ਇਹਦੇ ਮਾਤਾ ਜੀ ਵੀ ਮੈਂਟਲੀ ਠੀਕ ਨਹੀਂ, ਉਹ ਦੱਸਦੇ ਆ ਨਾਨਕਿਆਂ ਦੇ ਵਿੱਚ ਇਹਦੇ 'ਚ ਉੱਥੇ ਹੀ ਰਹਿ ਰਹੇ ਨੇ। ਅਤੇ ਇਲਾਜ ਦਾ ਜਿਹੜਾ ਸਹੀ ਤਰੀਕਾ ਉਹ ਪਰਿਵਾਰ ਨੂੰ ਪਤਾ ਨਹੀਂ ਅਤੇ ਕਰਵਾ ਨਹੀਂ ਪਾ ਰਿਹਾ, ਅਤੇ ਜਿੰਨਾ ਕੁ ਕਰਵਾ ਸਕਦੇ ਸੀ ਉੱਨੀ ਕੁ ਇਹਨਾਂ ਨੇ ਜਿੰਨੀ ਕੋਸ਼ਿਸ਼ ਕੀਤੀ ਆ। ਬਾਕੀ ਸਾਡੀ ਟੀਮ ਅੱਜ ਇੱਥੇ ਪਹੁੰਚੀ ਆ ਜੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ, ਪਿੰਡ ਸ਼ੇਰਗੜ੍ਹ ਪਿੰਡ ਆ ਜੀ ਇਹ ਸ਼੍ਰੀ ਮੁਕਤਸਰ ਸਾਹਿਬ ਤੋਂ, ਯਾਨੀ ਕਿ 35-40 ਕਿਲੋਮੀਟਰ ਦੀ ਰੇਂਜ ਦੇ ਵਿੱਚ, ਚਿੱਬੜਾਂ ਵਾਲੀ ਤੋਂ ਅੱਗੇ ਆ ਕੇ ਪਿੰਡ ਆ ਜੀ ਨਾਲ ਦਾ ਅਗਲਾ ਪਿੰਡ। ਅਤੇ ਉੱਥੋਂ ਅਸੀਂ ਅੱਜ ਰਜਿੰਦਰ ਸਿੰਘ ਬੰਟੀ ਨੂੰ ਇਸ ਵੀਰ ਨੂੰ ਲੈ ਕੇ ਚੱਲੇ ਹਾਂ ਆਪਣੇ ਨਾਲ ਸੰਸਥਾ 'ਤੇ, ਜਿਹੜਾ ਇਹਦਾ ਬਣਦਾ ਇਲਾਜ ਆ ਉਹ ਵੀ ਅਸੀਂ ਕਰਵਾਵਾਂਗੇ ਜੀ। ਅਤੇ ਵਾਹਿਗੁਰੂ ਕਿਰਪਾ ਕਰਨ, ਬੜੇ ਅੱਛੇ ਸਾਈਕੈਟ੍ਰਿਕ ਨੇ, ਬੜੀਆਂ ਅੱਛੀਆਂ ਦਿਮਾਗ ਦੀਆਂ ਮੈਡੀਸਨ ਚੱਲ ਪਈਆਂ ਅੱਜ ਕੱਲ੍ਹ ਤਾਂ, ਅਤੇ ਇਹ ਬਿਲਕੁਲ ਠੀਕ ਹੋ ਕੇ ਆਪਦੀ ਵੀਰ ਜਿਹੜੀ ਜ਼ਿੰਦਗੀ ਆ ਅਤੇ ਉਹ ਜਿਉਣ ਦੇ ਕਾਬਲ ਹੋਊਗਾ ਜੀ, ਕਿਉਂਕਿ ਸਾਡਾ ਜਿੰਨਾ ਕੁ ਤਜਰਬਾ ਕਹਿੰਦਾ ਅਤੇ ਵਾਹਿਗੁਰੂ 'ਤੇ ਸਾਨੂੰ ਜਿੰਨਾ ਭਰੋਸਾ ਵਾ, ਕਿਉਂਕਿ ਹੁਣ ਤੱਕ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਬਹੁਤ ਨੌਜਵਾਨ ਬਜ਼ੁਰਗ ਜਾਂ ਕਹਿ ਦਈਏ ਭੈਣਾਂ ਜਿਹੜੀਆਂ ਠੀਕ ਹੋ ਗਈਆਂ ਦਿਮਾਗੀ ਹਾਲਤਾਂ ਦੇ ਵਿੱਚ, ਇੱਦਾਂ ਦੇ ਇਸ ਤੋਂ ਵੀ ਮਾੜੇ ਹਾਲਾਤਾਂ ਦੇ ਵਿੱਚ ਸੀ, ਜਿਹੜੇ 5-5, 10-10 ਸਾਲਾਂ ਤੋਂ ਸੰਗਲਾਂ ਨਾਲ ਬੰਨੇ ਹੋਏ ਵੀਰਾਂ ਨੂੰ ਛੁਡਾ ਕੇ ਲੈ ਕੇ ਆਉਂਦੇ ਹਾਂ ਅਸੀਂ, ਜਿਵੇਂ ਕਿ ਤੁਸੀਂ ਸਾਡੀਆਂ ਵੀਡੀਓ ਦੇਖਦੇ ਰਹਿੰਦੇ ਹਾਂ ਜੀ।
ਸਾਡਾ ਨੰਬਰ 97-803-0071 ਹੈ ਜੀ। ਅਤੇ ਜੇ ਕਿਸੇ ਵੀਰ ਜਾਂ ਭੈਣ ਨੇ ਸੰਪਰਕ ਕਰਨਾ ਹੋਵੇ ਜਾਂ ਕੋਈ ਵੀਰ ਜਾਂ ਭੈਣ ਬੰਟੀ ਦੇ ਇਲਾਜ ਬਾਰੇ ਕੋਈ ਇਸ ਤੋਂ ਵਧੀਆ ਤਰੀਕਾ ਸਮਝ ਜਾਣਦਾ ਹੋਵੇ ਜਾਂ ਸਮਝਦਾ ਹੋਵੇ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਜੀ। ਹਾਂਜੀ ਹਾਂਜੀ, ਆਹ ਬੰਟੀ ਨੂੰ ਖੋਲ੍ਹ ਕੇ ਪੀਂਦੇ ਹਾਂ ਜੀ, ਇਕੱਠੀ ਹੋਈ ਬੰਟੀ ਬਾਈ ਨੂੰ ਵੀ ਪਿਆਉਂਦੇ ਹਾਂ। ਨਹੀਂ ਪਹਿਲਾਂ ਆਹ ਖੋਲ੍ਹਣਾ ਵੀਰੇ, ਆਪਾਂ ਜ਼ਿਆਦਾ ਪਲਾਸ ਪਲੂਸ ਲੈ ਆਓ, ਪਹਿਲਾਂ ਇਹ ਖੋਲ੍ਹਣਾ ਫਿਰ ਉਹ ਖੋਲ੍ਹਣਾ ਆਪਾਂ ਜੀ, ਜੜ ਚੋਂ ਖੋਲ੍ਹਣਾ ਆਪਾਂ। ਇਹ ਨਹੀਂ ਗਾ ਵੀ ਉਧਰੋਂ ਖੋਲ੍ਹਣਾ, ਤੇਲ ਤੂਲ ਪਾ ਲਓ ਜੀ ਇਹਨਾਂ, ਉਹਦੇ ਨਾਲ ਪਾਣੀ ਪੂਣੀ ਲੈ ਫਿਰ ਉਹਨੂੰ ਜੇ ਤਾਂ ਝੜ ਝੁੜ ਖਰਾਬ। ਸਰੋਂ ਦਾ ਤੇਲ ਲੈ ਚੱਕ, ਇੱਥੇ ਸੀਸੀ ਪਈ ਹੋਣੀ, ਚਾਹ ਪਾਸੇ ਰੱਖ ਦੇ ਮੜੀ ਜੀ, ਕਿਹੜਾ ਮੰਗੇ ਨੂੰ ਖਾ ਉਹ ਤਾਂ ਲੈਟ ਵੀ ਗਾ ਲਾ ਮੜੀ ਜੀ, ਤਾਂ ਲੈਟ ਵੀ ਪੱਟਦੀ ਖਾਣੀ ਰੱਖਿਓ ਮੜੀ ਜੀ ਇੱਥੇ। ਪੰਜਾਬ ਦੀ ਸਾਡੇ ਦੀ ਨੌਜਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ। ਠੀਕ ਹੈ ਵੀਰੇ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬੰਟੀ ਨੂੰ ਸਤਿ ਸ੍ਰੀ ਅਕਾਲ, ਬੰਟੀ ਸਤਿ ਸ੍ਰੀ ਅਕਾਲ ਬੁਲਾ ਦੇ ਬਈ। ਬਾਏ ਕਹਿ ਦੇ ਗੁਰਨੂਰ ਉੱਤੇ, ਬਾਏ ਕਹਿ ਦੇ ਚੱਲ ਗੁਰਨੂਰ ਨਾ ਕਰ ਲੈ। ਚੱਲ ਠੀਕ ਹੈ ਗੁਰਨੂਰ, ਓਕੇ ਪੁੱਤ, ਅਗਲੀ ਵਾਰੀ ਮਿਲਾਵਾਂਗੇ। ਓਕੇ ਛੋਟੇ ਵੀ, ਬਾਏ ਬਾਏ।